ਅੱਜ ਦੇ ਸੈਸ਼ਨ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਂਗੇ ਸੁਲੇਮਾਨ ਹਾਸ਼ਮੀ ਨਾਲ, ਇੱਕ ਨਾਮਵਰ ਵਕੀਲ ਹਨ ਅਤੇ ਰੀਅਲ ਅਸਟੇਟ ਸੰਬੰਧੀ ਕੁਝ ਸਵਾਲਾਂ ਦੇ ਇਹਨਾਂ ਕੋਲੋਂ ਜਵਾਬ ਲਾਂਗੇ। ਜੀ ਹਾਂ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਜੀ। ਸੋ ਰੀਅਲ ਅਸਟੇਟ ਦੀ ਜਦ ਗੱਲ ਕਰਨੀ ਜੀ, ਬੈਲੈਂਸਡ ਮਾਰਕੀਟ ਹੈਗੀ ਇਸ ਸਮੇਂ ਅਤੇ ਉਹ ਬਹੁਤ ਸਾਰਾ ਉਥਲ ਪੁਥਲ ਨਹੀਂ ਜਿਹੜੀ ਕਿ ਪਹਿਲਾਂ ਵੇਖੀ ਜਾਂਦੀ ਹੈਗੀ ਸੀ, ਪਰ ਸਟਿਲ ਰੀਅਲ ਅਸਟੇਟ ਦੇ ਜਿਹੜੇ ਕਾਨੂੰਨ ਨੇ ਉਹ ਤਾਂ ਉਹੀ ਰਹਿੰਦੇ ਹੈਗੇ ਨੇ। ਅੱਜ ਸਾਨੂੰ ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇੱਕ ਸਮਾਂ ਐਸਾ ਵੀ ਆਇਆ ਸੀ ਜਦੋਂ ਅਸੀਂ ਦੇਖਿਆ ਸੀ ਕਿ ਮੌਰਗੇਜ ਰੇਟਸ ਜਿਹੜੇ ਨੇ ਕਾਫੀ ਲੋਅ ਨੇ, ਅੱਜ ਵੀ ਨੇ ਘੱਟ, ਪਰ ਇੱਕ ਸਮਾਂ ਤਾਂ ਆ ਗਿਆ ਸੀ ਕਿ ਲੋਕ ਬਹੁਤ ਸਾਰੇ ਆਪਣੀ ਪ੍ਰਾਪਰਟੀਜ਼ ਨੂੰ ਟ੍ਰਾਂਸਫਰ ਕਰ ਰਹੇ ਸੀ ਦੂਸਰੇ ਬੈਂਕਸ ਨੂੰ ਕਿ ਬਈ ਸਾਡੇ ਕੁਝ ਪੈਸੇ ਬਚ ਜਾਣਗੇ, ਪਰ ਬਾਅਦ ਦੇ ਵਿੱਚ ਕਈ ਵਾਰੀ ਇਹ ਵੀ ਪਤਾ ਚੱਲਿਆ ਕਿ ਬਜਾਏ ਕਿ ਬਚਦੇ ਉਹ ਵੱਧ ਦੇਣੇ ਪੈ ਗਏ, ਕਿਉਂਕਿ ਬੈਂਕ ਆਮ ਤੌਰ 'ਤੇ ਅਸੀਂ ਸਮਝਦੇ ਹਾਂ ਕਿ 2 ਜਾਂ 3 ਮਹੀਨੇ ਦਾ ਜਿਹੜਾ ਮੌਰਗੇਜ ਤੁਸੀਂ ਦਿੰਦੇ ਹੋ ਉਹ ਲੈ ਲਏਗੀ ਅਤੇ ਤੁਹਾਡਾ ਅਕਾਊਂਟ ਬੰਦ ਹੋ ਜਾਏਗਾ। ਲੇਕਿਨ ਉਹ ਕੁਝ ਹੋਰ ਹੀ ਸੀ ਕਿ ਕੁਝ ਜਿਹੜਾ ਡਿਫਰੈਂਸ ਹੁੰਦਾ ਸੀ ਉਹ ਵੀ ਤੁਹਾਨੂੰ ਪੇ ਕਰਨਾ ਪੈਂਦਾ ਸੀ। ਇਹਦੇ ਬਾਰੇ ਥੋੜ੍ਹਾ ਦੱਸੋ ਕਿ ਇਹ ਕੀ ਹੁੰਦਾ ਜਦੋਂ ਤੁਸੀਂ ਆਪਣੀ ਮੌਰਗੇਜ ਨੂੰ ਤੁਸੀਂ ਟ੍ਰਾਂਸਫਰ ਕਰ ਰਹੇ ਹੋ ਜਾਂ ਚੇਂਜ ਕਰ ਰਹੇ ਹੋ ਜਾਂ ਜੋ ਵੀ ਕਰ ਰਹੇ ਹੋ, ਉਹਦੇ 'ਚ ਕਿਹੜੀ ਚੀਜ਼ਾਂ ਧਿਆਨ ਰੱਖਣਾ ਚਾਹੀਦਾ? ਇਟਸ ਵੈਰੀ ਕੰਪਲੀਕੇਟਡ। ਮੈਂ ਤੁਹਾਨੂੰ ਡਿਟੇਲ ਨਹੀਂ ਦੇ ਸਕਦਾ ਕਿਉਂਕਿ ਹਰ ਬੈਂਕ ਜਿਹੜਾ ਡਿਫਰੈਂਟ ਹੈ, ਰਾਈਟ? ਲੇਕਿਨ ਵੀ ਟਾਕਿੰਗ ਜਨਰਲ ਟਰਮਸ, ਜਨਰਲੀ ਇਹ ਹੈਗਾ ਕਿ ਇੱਕ ਪੈਨਲਟੀ ਹੁੰਦੀ ਹੈ ਅਗਰ ਤੁਸੀਂ ਆਪਣੇ ਰੀਅਲ ਇਸਟੇਟ ਨੂੰ ਵੇਚਣਾ ਹੈ ਤੇ ਮੋਰ ਜਾਂ ਰੀਫਾਈਨੈਂਸ ਕਰਨਾ ਹੈ, ਇੱਕ ਯੂਸ਼ੂਅਲੀ ਪੈਨਲਟੀ ਹੁੰਦੀ ਹੈ। ਓਕੇ, ਦੋ ਤਰੀਕੇ ਦੇ ਪੈਨਲਟੀ ਨੇ। ਇੱਕ ਜਿਹੜਾ ਉਹ ਕਹਿਣਗੇ ਜਿਵੇਂ ਤੁਸੀਂ ਕਿਹਾ 3 ਮਹੀਨੇ ਦੀ ਪੈਨਲਟੀ ਹੈ, 3 ਮਹੀਨੇ ਦੀ ਪੇਮੈਂਟ ਉਹ ਬੈਂਕ ਖਾ ਜਾਏਗਾ ਐਂਡ ਬਸ ਕੰਮ ਖਤਮ ਜੀ। ਦੂਜਾ ਇਟਸ ਅ ਲਿਟਲ ਮੋਰ ਕੰਪਲੀਕੇਟਡ। ਉਹਨਾਂ ਨੇ ਇੱਕ ਫਾਰਮੂਲਾ ਬਣਾਇਆ ਹੈ, ਰਾਈਟ, ਕਿ ਜਿਵੇਂ ਅਗਰ ਇੰਟਰਸਟ ਰੇਟ ਡਿਫਰੈਂਸ਼ੀਅਲ ਕੁਝ ਡਿਫਰੈਂਸ਼ੀਅਲ ਐਗਜ਼ੈਕਟਲੀ ਉਹਦਾ ਇਹ ਕੈਲਕੂਲੇਸ਼ਨ ਤਾਂ ਮੈਨੂੰ ਵੀ ਨਹੀਂ ਪਤਾ, ਲੇਕਿਨ ਉਹਦਾ ਇਹ ਮਤਲਬ ਹੈ ਕਿ ਜਿਵੇਂ ਅਗਰ ਤੁਸੀਂ ਤੁਹਾਡੀ ਰੇਟ ਜਿਹੜੀ ਸੀ 3.9 ਸੀ, ਠੀਕ, ਅਤੇ ਅੱਜ ਕੱਲ੍ਹ ਜਿਹੜੇ ਨੇ ਥੱਲੇ ਆਏ ਨੇ 2.7 ਜੋ ਵੀ ਹੈ, ਉਹ ਬੈਂਕ ਕਹੇਗੀ ਕਿ ਤੁਸੀਂ ਤੋੜ ਰਹੇ ਹੋ ਮੌਰਗੇਜ, ਅਸੀਂ ਪੈਨਲਟੀ ਤੁਸੀਂ ਜਦੋਂ ਸਾਈਨ ਕੀਤਾ ਸੀ ਦੋ ਤੁਹਾਨੂੰ ਆਪਸ਼ਨ ਸਨ, ਇੱਕ ਤੁਸੀਂ ਪੂਰੀ 3 ਮਹੀਨੇ ਦੇ ਦਿਓ ਜਾਂ ਇਹ ਜਿਹੜੀ ਕੈਲਕੂਲੇਸ਼ਨ ਹੈ ਕਿ ਹੁਣ ਇਹ ਰੇਟ ਤੁਹਾਡੀ ਰੇਟ ਇਹ ਸੀ ਉਸ ਵਕਤ ਇਹ ਸੀ, ਇਹਨਾਂ ਸਾਨੂੰ ਨੁਕਸਾਨ ਹੋਏਗਾ, ਉਹ ਤੁਸੀਂ ਪੈਸੇ ਦੇਣੇ ਨੇ। And it can be quite large. Right. Yeah. So many times it is more than the 3 months or 2 months penalty jehdi hundi. Oh, ohna da eh vi cheez important hai. Oh, bank di marzi hundi hai ki assi kede lene ne. Ide te tusi kuch nahi kar sakde. Jadon tusi sign karde ho papers, us samay sab kuch likhya hoya hai and you have to do it. Absolutely. So once you are changing, keep in mind ki tuhanu eh paise da pehla tusi bank to check kar sakde. Exactly. And usually eh hunda jehde aksar eh hunda jehde flexible rate mortgages san, oh jehde ne ohna de utte 3 mahine da hunda hai. Jehde fixed rate mortgage san ohna de utte eh nahi hunda si, ohna de utte hunda si ke you have this penalty, differential penalty, kyunki bank da jehda profit hai ohna nu pata hai assi lose karna hai, te lekin oh nahi lose karde, oh hi penalty che kha jande ne. Okay, ek assi lafz sunne ji, enduring power of attorney, eh ki hunda hai ji? Enduring power of attorney is very interesting, and I'm not a fan of it. Okay. Siddhi gal hai, enduring power of attorney da e matlab, power of attorney da pehle gal karde hain fir. Siddhi gal hai, power of attorney e hagi ki tusi ek bande nu haq dende ho ki jo vi tusi kar sakde ho kar sakde ji, jinni der tusi zinda ho te jinni der tusi chahnde ho soch sakde ho apne aap kaam kar sakde ho, unni der tak oh valid hai. Right. ਜਦੋਂ ਤੁਸੀਂ ਕੁਛ ਹੋ ਜਾਏ ਖੁਦਾ ਨਾ ਖਾਸਤਾ, ਫਿਰ ਇਟਸ ਫਿਨਿਸ਼ਡ। ਐਂਡ ਡਿਊਰਿੰਗ ਪਾਵਰ ਆਫ ਅਟਰਨੀ ਦਾ ਇਹ ਹੈ ਕਿ ਅਗਰ ਤੁਹਾਨੂੰ ਕੁਛ ਹੋ ਜਾਏ ਕਿ ਤੁਸੀਂ ਆਪਣੇ ਕੰਮ ਨਹੀਂ ਕਰ ਸਕਦੇ ਲੇਕਿਨ ਫਿਰ ਵੀ ਤੁਸੀਂ ਜ਼ਿੰਦਾ ਹੋ, ਫਿਰ ਉਹ ਐਂਡਿਊਰਿੰਗ ਪਾਵਰ ਆਫ ਅਟਰਨੀ ਹੁੰਦੀ ਕਿ ਉਹ ਜਿਹੜਾ ਬੰਦਾ ਹੈ ਉਹ ਆਪਣੇ ਮੇਰੇ ਕੰਮ ਕਰ ਸਕਦਾ ਹੈ। ਓਕੇ, ਇਟਸ ਨਾਟ ਕਲੀਅਰ ਅਕੋਰਡਿੰਗ ਟੂ ਦ ਲਾਅ ਇਫ ਇਟ ਇਜ਼ ਨੈਸੈਸਰੀ ਫੋਰ ਐਂਡਿਊਰਿੰਗ ਪਾਵਰ ਆਫ ਅਟਰਨੀ। ਮਾਈ ਓਪੀਨੀਅਨ ਇਜ਼ ਦੈਟ ਅ ਪਾਵਰ ਆਫ ਅਟਰਨੀ ਇਜ਼ ਸਫੀਸ਼ੀਐਂਟ। ਲੇਕਿਨ ਇਹ ਦੋ ਆਪਸ਼ਨਸ ਨੇ, ਕਈ ਲੋਕ ਕਹਿੰਦੇ ਨੇ, ਕਈ ਵਕੀਲ ਵੀ ਕਹਿੰਦੇ ਨੇ ਤੁਸੀਂ ਪਾਵਰ ਅਟਰਨੀ ਵੀ ਕਰੋ ਅਤੇ ਇੰਡਿਊਰਿੰਗ ਪਾਵਰ ਅਟਰਨੀ ਕਰੋ, ਤੁਹਾਡੀ ਮਰਜ਼ੀ। ਓਕੇ, ਆਈ ਵੁੱਡ ਲਾਈਕ ਟੂ ਟੇਕ ਐਨ ਐਗਜ਼ਾਮਪਲ ਰੀਅਲ ਇਸਟੇਟ ਨਾਲ ਰਿਲੇਟ ਕਰਨਾ ਚਾਹੂੰਗਾ ਕਿ ਰੀਅਲ ਇਸਟੇਟ ਫੋਰ ਐਗਜ਼ਾਮਪਲ ਮੈਂ ਕੋਈ ਖਰੀਦਣੀ ਹੈ, ਵੇਚਣੀ ਹੈ ਜਾਂ ਮੈਂ ਉਸਨੂੰ ਅੱਗੇ ਕੋਈ ਟ੍ਰਾਂਜੈਕਸ਼ਨ ਕਰਨੀ ਹੈ, ਰਾਈਟ, ਹਸਬੈਂਡ ਅਤੇ ਵਾਈਫ ਨੇ ਇੰਡਿਊਰਿੰਗ ਪਾਵਰ ਆਫ ਅਟਰਨੀ ਇੱਕ ਦੂਸਰੇ ਨੂੰ ਦਿੱਤੀ ਹੋਈ ਹੈ। ਲੈਟਸ ਟੇਕ ਐਨ ਐਗਜ਼ਾਮਪਲ ਕਿ ਹਸਬੈਂਡ ਜਿਹੜਾ ਹੈਗਾ ਉਹ ਕਿਤੇ ਕੰਮ ਜਾ ਰਿਹਾ, 2 ਹਫ਼ਤਿਆਂ ਨੂੰ ਪ੍ਰੋਪਰਟੀ ਨੇ ਕਲੋਜ਼ ਹੋਣਾ ਹੈਗਾ, ਉਹਦੇ ਪੇਪਰਸ ਹੋਣੇ ਨੇ, ਸੋ ਕੀ ਇਹ ਇੰਡਿਊਰਿੰਗ ਪਾਵਰ ਆਫ ਅਟਰਨੀ ਜਿਹੜੀ ਹੈਗੀ ਇਸਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਉਸ ਸਮੇਂ ਕਿ ਤੁਹਾਡਾ ਹਸਬੈਂਡ ਜੋ ਹੈਗਾ ਉਹ ਹੈਗਾ ਇਜ਼ ਅ ਪਾਰਟ ਆਫ ਦ ਪ੍ਰੋਪਰਟੀ ਬਟ ਹੀ ਇਜ਼ ਨਾਟ ਗੋਇੰ ਟੂ ਬੀ ਪ੍ਰੈਜ਼ੈਂਟ ਐਟ ਦੈਟ ਟਾਈਮ, ਕੀ ਉਸਦਾ ਇਸਤੇਮਾਲ ਕਰ ਸਕਦੇ ਹੋ? ਐਨੀ ਪਾਵਰ ਆਫ ਅਟਰਨੀ ਯੂ ਕੈਨ ਯੂਜ਼, ਇੰਡਿਊਰਿੰਗ ਔਰ ਅਦਰਵਾਈਜ਼। ਇਹ ਸਿਰਫ ਇਹ ਗੱਲ ਹੈ ਕਿ ਜਿਹੜੀ ਪਾਵਰ ਅਟਰਨੀ ਇਟ ਸ਼ੁੱਡ ਬੀ ਰਜਿਸਟਰਡ ਜੀ, ਅਤੇ ਤੁਸੀਂ ਉਹ ਵਕੀਲ ਨੂੰ ਦਿਓ ਜਾਂ ਜੋ ਵੀ ਜਿਹਨਾਂ ਨੇ ਵੀ ਕਰਨਾ, ਇਟ ਸ਼ੁੱਡ ਬੀ ਰਜਿਸਟਰਡ ਐਟ ਲੈਂਡ ਟਾਈਟਲ ਆਫਿਸ। ਓਕੇ, ਐਂਡ ਦੈਨ ਉਸ ਤੋਂ ਬਾਅਦ ਤੁਸੀਂ ਉਹ ਇਸਤੇਮਾਲ ਕਰ ਸਕਦੇ ਨੇ। ਹਾਂਜੀ, ਮਿਸਿਸ ਇਸਤੇਮਾਲ ਕਰ ਸਕਦੇ ਨੇ, ਬਿਲਕੁਲ। ਓਕੇ, ਸੋ ਜਦੋਂ ਪਾਵਰ ਆਫ ਅਟੋਰਨੀ ਦੀ ਵਰਤੋਂ ਕਰਨੀ ਹੈ ਪਰਚੇਜ਼ ਕਰਨ ਲਈ ਜਾਂ ਰੀਫਾਈਨੈਂਸਿੰਗ ਦੇ ਟਾਈਮ ਜਾਂ ਕੋਈ ਸੇਲ ਕਰਨ ਦੇ ਟਾਈਮ, ਉਸ ਸਮੇਂ ਕਿਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ?
ਤੁਹਾਡੀ ਪਾਵਰ ਅਟਰਨੀ ਆਈ ਵੁੱਡ ਸੁਜੈਸਟ ਕਿ ਸ਼ੁੱਡ ਬੀ ਸਪੈਸੀਫਿਕ ਪਾਵਰ ਅਟਰਨੀ ਜਨਰਲ ਪਾਵਰ ਅਟਰਨੀ ਨਹੀਂ ਦੇਣੀ ਚਾਹੀਦੀ ਠੀਕ ਹੈ ਸਿਰਫ ਮੀਆਂ ਬੀਵ ਦੀ ਗੱਲ ਨਹੀਂ ਕੀਤੀ ਜੇ ਬੰਦੇ ਨੂੰ ਵੀ ਤੁਸੀਂ ਦੇ ਸਕਦੇ ਹੋ ਜੀ ਐਂਡ ਦ ਰੀਜ਼ਨ ਫੋਰ ਦੈਟ ਇਜ਼ ਦੈਟ ਜਿਹੜੀ ਜਨਰਲ ਪਾਵਰ ਅਟਰਨੀ ਹੈ ਉਹ ਤੁਸੀਂ ਕਹਿੰਦੇ ਹੋ ਕਿਸੇ ਨੂੰ ਕਿ ਤੁਸੀਂ ਕੁਛ ਵੀ ਕਰ ਸਕਦੇ ਹੋ ਜੀ ਮੇਰੇ ਬੈਂਕ 'ਚ ਵੀ ਜਾ ਸਕਦੇ ਹੋ ਅਗਰ ਮੇਰੇ ਦੋ ਤਿੰਨ ਘਰ ਨੇ ਉਹਨਾਂ ਨੂੰ ਤੁਸੀਂ ਵੇਚ ਸਕਦੇ ਹੋ ਰੀਫਾਈਨੈਂਸ ਕਰ ਸਕਦੇ ਹੋ ਕੁਛ ਵੀ ਕਰ ਸਕਦੇ ਹੋ ਜਿਹੜੀ ਸਪੈਸੀਫਿਕ ਪਾਵਰ ਅਟਰਨੀ ਹੈ ਉਹਦਾ ਇਹ ਮਤਲਬ ਹੈ ਕਿ ਇਹ ਜਿਹੜੀ ਜਿਹੜੀ ਚੀਜ਼ ਹੈ ਦਿਸ ਇਜ਼ ਦੀ ਓਨਲੀ ਥਿੰਗ ਦੈਟ ਵੀ ਆਰ ਰਿਲਾਇੰਗ ਔਨ ਓਕੇ ਸਪੈਸੀਫਿਕ ਹਮੇਸ਼ਾ ਤੁਹਾਡੀ ਪਾਵਰ ਆਫ ਅਟਾਰਨੀ ਹੋਣੀ ਚਾਹੀਦੀ ਜਨਰਲ ਨਹੀਂ ਦੇਣੀ ਚਾਹੀਦੀ ਐਗਜੈਕਟ ਕਿਉਂਕਿ ਇੱਕ ਬੜੀ ਵੱਡੀ ਸਮੱਸਿਆ ਆਉਂਦੀ ਹੈ ਜਦੋਂ ਕਿ ਲੋਕ ਇੰਡੀਆ ਪਾਕਿਸਤਾਨ ਇੱਥੋਂ ਅਟਾਰਨੀਜ਼ ਆਪਣੀ ਭੇਜ ਦਿੰਦੇ ਨੇ ਰਾਈਟ ਅਤੇ ਉੱਥੇ ਪ੍ਰੋਪਰਟੀ ਦੇ ਜਨਰਲ ਸਪੈਸੀਫਿਕ ਨਹੀਂ ਹੁੰਦੀ ਤਾਂ ਕਈ ਵਾਰੀ ਉਹਦਾ ਦੁਰਵਰਤੋਂ ਵੀ ਹੋ ਜਾਂਦੀ ਹੈ ਐਗਜੈਕਟ ਜ਼ਿਆਦਾਤਰ ਆਪਣੇ ਹੀ ਰਿਸ਼ਤੇਦਾਰ ਜਿਹਨਾਂ ਨੂੰ ਭੇਜੀ ਹੁੰਦੀ ਉਹੀ ਕਰ ਐਗਜੈਕਟਲੀ ਸੋ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਐਬਸੋਲੂਟਲੀ ਐਂਡ ਆਈ ਵੁੱਡ ਰਿਸਟ੍ਰਿਕਟ ਦ ਪਾਵਰ ਆਫ ਅਟਾਰਨੀ ਹੇਅਰ ਇਟ ਸ਼ੁੱਡ ਬੀ ਰਿਸਟ੍ਰਿਕਟਡ ਓਕੇ ਜਸਟ ਟੂ ਸਪੈਸੀਫਿਕ ਰਿਲੇਟਡ ਟੂ ਦੈਟ ਪਾਰਟਿਕੂਲਰ ਪ੍ਰੋਪਰਟੀ ਐਗਜੈਕਟਲੀ ਓਕੇ ਬਿਲਕੁਲ ਬਿਲਕੁਲ ਓਕੇ ਥੋੜੀ ਜਿਹੀ ਗੱਲਬਾਤ ਕਰੀਏ ਕਿ ਹੁਣ ਕਿਉਂਕਿ ਮਾਰਕੀਟ ਜਿਹੜੀ ਹੈਗੀ ਇੱਥੇ ਬੈਲੈਂਸਡ ਮਾਰਕੀਟ ਹੈਗੀ ਹੈ ਬਹੁਤ ਸਾਰੇ ਲੋਕ ਜਿਹੜੇ ਕਿ ਇੱਥੇ ਨਹੀਂ ਰਹਿੰਦੇ ਮਿਸਾਲ ਦੇ ਤੌਰ ਤੇ ਹਿੰਦੁਸਤਾਨ ਪਾਕਿਸਤਾਨ ਦੇ ਵੀ ਜਿਹੜੇ ਵਸਨੀਕ ਨੇ ਪਹਿਲਾਂ ਤਾਂ ਕੀ ਉਹ ਇੱਥੇ ਪ੍ਰੋਪਰਟੀ ਖਰੀਦ ਸਕਦੇ ਨੇ ਟੂ ਬੀ ਆਨੈਸਟ ਆਈ ਡੋਂਟ ਸੀ ਐਨੀ ਰਿਸਟ੍ਰਿਕਸ਼ਨ ਬਟ ਆਈ ਡੋਂਟ ਨੋ ਦੀ ਆਨਸਰ ਟੂ ਦੈਟ ਕੁਐਸਚਨ ਓਕੇ ਵਾਟ ਅਬਾਊਟ ਕੈਨੇਡੀਅਨ ਸਿਟੀਜ਼ਨ ਹੂ ਇਜ਼ ਨਾਟ ਲਿਵਿੰਗ ਇਨ ਓਵਰ ਹੇਅਰ ਕਿਸੇ ਹੋਰ ਦੇਸ਼ ਵਿੱਚ ਜਾ ਕੇ ਰਹਿ ਰਹੇ ਹੈਗੇ ਬਿਲਕੁਲ ਨੋ ਪ੍ਰੋਬਲਮ ਪਾਵਰ ਅਟਰਨੀ ਬਣਾ ਕੇ ਉਹ ਕਰ ਸਕਦੇ ਨੇ ਬੈਂਕ ਦੀ ਅਪਰੂਵਲ ਚਾਹੀਦੀ ਹੈ ਐਂਡ ਅਕਸਰ ਇਹ ਹੁੰਦਾ ਯੂਜੂਲੀ ਸਿਰਫ ਇਹ ਹੋਣਾ ਕਿ ਇੱਥੇ ਆ ਕੇ ਉਹਨਾਂ ਨੇ ਸਾਈਨ ਕਰਨੇ ਨੇ ਕਿਉਂਕਿ ਅਕਸਰ ਵੀ ਡੋਂਟ ਲਾਈਕ ਟੂ ਐਕਸੈਪਟ ਇੰਡੀਅਨ ਐਂਡ ਪਾਕਿਸਤਾਨੀ ਡਾਕੂਮੈਂਟਸ ਨੋਨ ਰੈਜ਼ੀਡੈਂਟ ਪਰਚੇਜ਼ ਜਿਹੜੀਆਂ ਹੁੰਦੀਆਂ ਨੇ ਕਿ ਉਹਦੀ ਟ੍ਰਾਂਜੈਕਸ਼ਨਸ ਜਿਹੜਾ ਤੁਸੀਂ ਡੀਲ ਕਰਦੇ ਹੋ ਕਿ ਉਹ ਵੱਖਰੇ ਤਰੀਕੇ ਨਾਲ ਹੁੰਦੀਆਂ ਜਾਂ ਜੋ ਕੋਰਟ ਆਫ ਲਾਅ ਇੱਕ ਨੋਰਮਲ ਸਿਟੀਜ਼ਨ ਦੇ ਉੱਤੇ ਹੁੰਦਾ ਹੈ ਲਾਗੂ ਉਹੀ ਉਸਤੇ ਵੀ ਹੁੰਦਾ ਹੈ ਨੋਨ ਰੈਜ਼ੀਡੈਂਟ ਇਫ ਯੂ ਆਰ ਏ a Canadian citizen regardless ke tusi resident ho ke nahi ji assi ng jehri khareedan wali cheez hai it's going to be just like that okay but selling is a different issue acha ji selling de utte agar tusi if you're a Canadian citizen but you're not a resident ho sakda government ke inne paise tusi hold back karo kyunki assi tuhade taxes nu fulfill karne ne right. documents tusi sign karde ho jadon tusi vakil kol jande ho right is a little bit more complicated something you have to be aware of so non resident di jadon si gal karne can you define non resident kis tarah kis nu tusi define well technically we would not be the ones who define non resident tusi sign karde ho ke you are a resident or non resident right kyunki jadon si real estate da jada form hunda utte puchya hunda jada tusi naam lede ho ke resident or not a resident so ki oh laws vakre vakre ji hege ne ya sirf paise simit rakhan tak hai you answered it yeah paisyan waste yes it's different laws lekin no paisyan waste kyunki ithe eh hisab hunda ki if you have for example based on taxes agar tusi ek ghar lende ho 5 lakh da price goes up to a million agar tusi us kharche reh rahe ho you're not going to pay income tax right or there's a limit to the income tax because tusi canadian resident tusi us kharche reh rahe si lekin agar tusi bahar to ho then tode hor kism da tax hunde ne usually jehde vakil ne te notary ne ohna kehna we have to hold back 40% of the balance okay jan tak we get a clearance letter from revenue right. canada yes kita and oh time lagda hai one time we had to hold something for ek sade korean client san jinna ne vechya si we had to hold money for 4 months okay and it was a lot of money ਸਾਨੂੰ ਫੋਨ ਕਰ ਦਿੱਤਾ ਅਸੀਂ ਕਹਿੰਦੇ ਸੀ ਕਿ ਵੀ ਕੈਨਟ ਰਿਲੀਜ਼ ਇਟ ਕਿਉਂਕਿ ਇਨਕਮ ਟੈਕਸ ਐਕਟ ਹੈ ਉਹ ਉੱਥੇ ਲਾਗੂ ਹੋ ਜਾਂਦਾ ਤੇ ਇਹਦਾ ਵੱਖਰਾ ਵੈਰੀ ਐਗਜ਼ੈਕਟਲੀ ਵੈਲ ਪੁਟ ਥੈਂਕ ਯੂ ਵੈਰੀ ਮਚ ਥੈਂਕ ਯੂ ਸਰ